ਸਰ ਮੇਰੀ ਸੀਗੀ 2012 ਦੇ ਵਿੱਚ ਸੀਗੀ ਮੇਰੀ ਪਲੱਸ ਟੂ। 2012 ਦੀ ਸੀ, ਮਤਲਬ ਕਿ ਜਿਹੜਾ ਗੈਪ ਆਪਣਾ ਫਾਈਲ ਚਾ ਉਹ ਟੋਟਲ 11-12 ਸਾਲਾਂ ਦਾ ਹੋ ਗਿਆ ਨਾ। ਹਾਂਜੀ ਹਾਂਜੀ 11 ਟੂ 12 ਈਅਰ ਦਾ। ਠੀਕ ਹੈ ਜੀ, ਤੇ ਇਹਨੂੰ ਕਵਰ ਕਿਵੇਂ ਕੀਤਾ ਆਪਾਂ, ਕਿੱਦਾਂ ਫਾਈਲ ਚਲਾਇਆ ਸੀਗਾ? ਸਰ ਆਏ ਫੋਲੋ ਔਨ ਦਾ ਇੰਸਟਾਗ੍ਰਾਮ, ਲਾਈਕ ਤੁਸੀਂ ਕੋਈ ਵੀ ਜਿਵੇਂ ਕਿ ਕੋਈ ਡਾਕੂਮੈਂਟਸ ਨਹੀਂ ਲਗਾਉਂਦੇ ਹੈਗੇ, ਮੈਨੂੰ ਮੇਰਾ ਮੇਨ ਮੋਟਿਵ ਇਹੀ ਸੀਗਾ ਕਿ ਹਾਂ ਲਾਈਕ ਮੈਂ ਕੋਈ ਡਾਕੂਮੈਂਟਸ ਵਗੈਰਾ ਵਿੱਚ ਨਾ ਲਗਾਵਾਂ। ਠੀਕ ਹੈ ਜੀ, ਤੁਸੀਂ ਵੈਸੇ SOP ਦੇ ਵਿੱਚ ਕਲੀਅਰ ਕੀਤਾ ਸੀਗਾ, ਈਵਨ ਜਦੋਂ ਇਹ ਤੁਸੀਂ SOP ਬਣਾਈ ਹੈ ਤੁਸੀਂ ਮੈਨੂੰ ਬੁਲਾਇਆ ਸੀ, ਮੈਂ ਚੈੱਕ ਵੀ ਕੀਤੀ ਸੀਗੀ ਆਪਣੀ SOP। ਠੀਕ ਹੈ ਜੀ, ਉਹ ਐਂ ਤਾਂ ਨਹੀਂ ਹੋਇਆ ਕਿ ਇੰਸਟਾਗ੍ਰਾਮ ਤੇ ਤੁਸੀਂ ਵੇਖ ਲਿਆ ਤੇ ਬਾਅਦ ਚੋਂ ਕੁਝ ਹੋਰ ਗੱਲ ਨਿਕਲੀ ਇੱਥੇ ਆ ਕੇ? ਨਹੀਂ 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 ਭਾਜੀ, ਐਸਾ ਕੁਝ ਨਹੀਂ ਸੀਗਾ, ਲਾਈਕ ਵਧੀਆ ਹੀ ਸੀ ਐਕਸਪੀਰੀਅੰਸ, ਓਵਰਆਲ ਗੁੱਡ ਸੀਗਾ ਮੇਰਾ। ਚਲੋ, ਤੇ ਹੁਣ ਰਿਜ਼ਲਟ ਦੀ ਡੀਕ ਹੈ? ਹਾਂਜੀ ਬਹੁਤ ਜ਼ਿਆਦਾ, ਮੈਂ ਤਾਂ ਮਤਲਬ ਕਿ ਹਫ਼ਤੇ ਬਾਅਦ ਮੈਂ ਨਿਸ਼ਾਨ ਭਾਜੀ ਨੂੰ ਡੇਲੀ ਫੋਨ, ਮਤਲਬ ਹਫ਼ਤੇ ਬਾਅਦ ਮੈਂ ਫੋਨ ਕਰ ਲੈਂਦੀ ਹਾਂ ਕਿ ਹਾਂ ਕੋਈ ਰਿਸਪੌਂਸ ਹੈ, ਨਹੀਂ ਰਿਸਪੌਂਸ। ਹਾਂਜੀ ਚਲੋ ਠੀਕ ਹੈ, ਵਧਾਈਆਂ ਫਿਰ, ਵੀਜ਼ਾ ਆ ਗਿਆ ਸੀ ਤੁਹਾਡਾ ਅੱਜ। ਓ ਮਾਈ ਗੋਡ, ਥੈਂਕ ਯੂ ਸੋ ਮਚ ਸਰ। ਠੀਕ ਹੈ ਜੀ, ਚਲੋ ਵਧੀਆ ਹੋ ਗਿਆ, ਥੈਂਕ ਯੂ ਸੋ ਮਚ ਸਰ। ਕਾਫੀ ਮੈਨੂੰ ਬਹੁਤ ਹੋਪਸ ਸੀਗੀਆਂ ਤੁਹਾਡੇ ਤੋਂ, ਮੈਂ ਨਿਸ਼ਾਨ ਭਾਜੀ ਨੂੰ ਵੀ ਕਿਹਾ ਸੀ, ਮੈਂ ਆਪਣੀ ਆਇਲਸ ਕਲੀਅਰ ਕੀਤੀ ਸੀਗੀ ਨਾ, ਮੈਂ ਕਹਿ ਰਹੀ ਹਾਂ ਕਿ ਮੈਂ ਪਟਿਆਲੇ ਦੇ ਪੂਰੇ ਇੰਸਟੀਟਿਊਟ ਵਗੈਰਾ ਸਾਰੇ ਤੋਂ ਕੋਚਿੰਗ ਲਿੱਤੀ ਹੈ ਕਿ ਪੇਪਰ ਮੈਂ ਇੱਕੋ ਵਾਰੀ ਦਿੱਤਾ ਸੀਗਾ, ਮੇਰਾ ਸੀਗਾ ਕਿ ਮੈਂ ਫਾਈਲ ਵੀ ਲਗਾਵਾਂ ਤਾਂ ਮੈਂ ਇੱਕੋ ਵਾਰੀ ਲਗਾ ਕੇ ਮੇਰਾ ਵੀਜ਼ਾ ਆ ਜਾਏ। ਹਾਂਜੀ ਹਾਂਜੀ ਹਾਂਜੀ, ਨਹੀਂ ਚਲੋ ਵਧੀਆ, ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ